ਲੋ ਜੀ ਸਲਾਮ ਅਲੈਕੁਮ ਜਨਾਬ ਸਾਵਾ ਘੋੜਾ ਜੀ ਸਭ ਨਾਲ ਪਹਿਲਾਂ ਅਤੇ ਅੱਛਾ ਘੋੜਾ ਹੱਥ ਪੈਰ ਸਾਫ ਹੈਗੇ ਜੀ ਘੋੜੇ ਦੇ ਅੱਜ ਗੱਲਬਾਤ ਕਰਨੇ ਆ ਜੀ ਹਾਲੇ ਲੱਥਾ ਹੀ ਹੈ ਘੋੜਾ ਸਾਵਾ ਘੋੜਾ ਮਾਸ਼ਾਅੱਲਾ ਖੂਬਸੂਰਤ ਘੋੜਾ ਜੀ ਖੁੱਲ੍ਹੇ ਪੈਰਾਂ ਦਾ ਘੋੜਾ ਜੀ ਅੱਜ ਬਹੁਤ ਨਫਰੇ ਘੋੜਾ ਕਿੰਨੀ ਉਮਰ ਕਿੰਨੀ ਬੇਟਿਆਂ ਦੀ ਹੈ ਪੰਜ ਸਾਲ ਪੰਜ ਅਤੇ ਕਿੰਨੇ ਪੈਸੇ ਮੰਗ ਰਿਹਾ ਜੀ ਕਿੰਨੇ ਪੈਸੇ ਜੀ ਹਾਂਜੀ ਦੱਸੋ ਕਿੱਥੇ ਆਪਣੇ ਹਾਂਜੀ ਦੱਸੋ ਜੀ ਮੁੱਲ ਹੈ ਕੌਣ ਅੱਬੂ ਮੰਗਦਾ ਕਿ ਵੇਖਣ ਵਾਲਾ ਮੰਗਦਾ ਤੁਸੀਂ ਕਿੰਨੇ ਦਾ ਲੈਂਦੇ ਨੇ ਲੈ ਦੱਸੋ ਹੈ ਕਿੰਨੇ ਦਾ ਲੈਂਦੇ ਤੁਸੀਂ ਇਹਨੇ ਵਾਲ ਸਾਹਿਬ ਦੇ ਨਹੀਂ ਫਿਰ ਉਹ ਵਾਲ ਸਾਹਿਬ ਦੱਸਣ ਦੇ ਯਾਰ ਮੈਂ ਹੀ ਤੇਰੇ ਨਾਲ ਮੁਕਾ ਲਈ ਸਰ ਨਹੀਂ ਨਾ ਤੁਸੀਂ ਮੇਰੇ ਨਾਲ ਮੁਕਾਓ ਤੁਸੀਂ ਵਾਲ ਸਾਹਿਬ ਨੂੰ ਅੱਗੇ ਲਿਆਓ ਵਾਹ ਆ ਜਾਂਦਾ ਕੋਈ ਗੱਲ ਨਹੀਂ ਵਪਾਰੀ ਦਾ ਕੀ ਹੋ ਗਿਆ ਵਪਾਰੀ ਨੇ ਜਾਣ ਕੇ ਜੇਬ 'ਚ ਪਾ ਦੇਣਾ ਕੋਈ ਗੱਲ ਕੋਈ ਗੱਲ ਅਸੀਂ ਵੇਟ ਕਰ ਲੈਣਾ ਲਓ ਜੀ ਘੋੜਾ ਤੁਸੀਂ ਦੇਖੋ ਹਾਂ ਵੇ ਫਿਰ ਪਿਛਲੀਆਂ ਗਾਮਚੀਆਂ ਜਿਹੜੀਆਂ ਨੇ ਜੀ ਲਓ ਜੀ ਵਪਾਰੀ ਜਿਹੜੇ ਨੇ ਉਹ ਜਿਹੜੇ ਵੇਚਣ ਵਾਲਾ ਉਹ ਵੀ ਵਪਾਰੀ ਹੈ ਅਤੇ ਜਿਹੜੇ ਲੈਣ ਵਾਲੇ ਨੇ ਉਹ ਵੀ ਵਪਾਰੀ ਹੈ ਯਾਨੀ ਕਿ ਉਹ ਲੋਕ ਨੇ ਜਿਹੜੇ ਇਹਨਾਂ ਕੋਲੋਂ ਲੈ ਕੇ ਅਤੇ ਇਹਨਾਂ ਨੇ ਇੱਥੇ ਹੀ ਵੇਚਣਾ ਇਹਨਾਂ ਘੋੜੇ ਨੂੰ ਲਓ ਜੀ ਇੱਕ ਘੋੜੀ ਵਿੱਚ ਲੱਖ ਰੁਪਈਆ ਮੰਗਦੇ ਨੇ ਜੀ 1 ਲੱਖ ਬਛੇਰੀ ਦਾ ਲਾ ਜੀ ਘੋੜੇ ਤੇ ਚੜ੍ਹਨ ਲੱਗਾ ਜੀ
ਉਹ ਚੜ ਗਿਆ ਜੀ ਘੋੜੇ ਦੇ ਉੱਤੇ। ਘੋੜੇ ਦੇ ਚੜ ਕੇ ਜਿਹਨਾਂ ਵੀ ਟਰਾਈ ਹੋਵੇਗੀ ਤੇ ਫਿਰ ਇਹ ਵਪਾਰੀ ਲਵਣਗੇ। ਜਿਹੜੀ ਘੜਦਾ ਜੇ ਘੋੜਾ ਇਧਰੋਂ ਨਹੀਂ ਆ ਰਿਹਾ ਘੋੜਾ। ਘੋੜਾ ਥੋੜਾ ਜਿਹਾ ਨਾ ਵਿਟਰ ਦਾ ਜੀ। ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਘੋੜੇ ਦੇ ਬਾਰੇ ਵਿੱਚ ਤੁਹਾਡਾ ਕੀ ਖਿਆਲ ਹੈ, ਕਮੈਂਟ ਬਾਕਸ ਵਿੱਚ ਜ਼ਰੂਰ ਦਰਜ ਕਰਿਆ ਜੀ। ਬੰਦਾ ਜਿਹੜਾ ਮਾਲਕ ਹੈਗਾ ਬੜੀਆਂ ਸਵਾਈਆਂ ਦੇ ਰਿਹਾ ਜੀ, ਘੋੜਾ ਚੰਗਾ ਹੈ ਜੀ, ਘੋੜਾ ਇਹ ਹੈ, ਘੋੜਾ ਉਹ ਹੈ, ਅਤੇ ਲੈਣ ਵਾਲੇ ਨੇ ਇਸੇ ਚੀਜ਼ ਤੋਂ ਫਾਇਦਾ ਉਠਾਉਣਾ ਕਿ ਘੋੜਾ ਅੜੀ ਕਰਦੇ ਪਏ ਵੀ ਹੈ। ਵੇਖੋ ਲਓ ਜੀ, ਸੌਦਾ ਤੁਹਾਨੂੰ ਹੁੰਦਾ ਵਹਾਈਏ ਜਿੰਨੇ ਬੰਦੇ ਖਲੋਤੇ ਸਾਰੇ ਵਪਾਰੀ ਦੇ, ਸਾਰੇ ਵਪਾਰੀਆਂ ਨੇ ਇਹ ਘੋੜਾ ਲੈਣਾ ਜੇ, ਯਾਨੀ ਕਿ ਮੁਰਾਦ ਇਹ ਹੈਗਾ ਕਿ ਉਹ ਵੀ ਵਪਾਰੀ ਹੈ, ਇਹ ਵੀ ਬੰਦੇ ਅਸੀਂ ਕੰਧੋਂ ਪਾਰ ਲੈ ਜਾਓ ਹਾਂ। ਜਨਾਬ ਘੋੜੇ ਦੀ ਘੋੜੇ ਦੀ ਜਨਾਬ 2 ਲੱਖ ਰੁਪਇਆ ਪ੍ਰਾਈਜ਼ ਮੰਗ ਰਹੇ ਜੀ। ਬਸ ਹੁਣੇ ਜਾ ਕੇ ਲੱਥੇ ਆ ਜੀ, 7 ਸਾਲਾਂ ਦਾ ਘੋੜਾ ਹੈਗਾ ਜੀ। ਨੰਬਰ ਅਸੀਂ ਤੁਹਾਡੇ ਜਨਾਬ ਦਾ ਸ਼ੇਅਰ ਕਰਨਾ ਜੀ। ਠੀਕ ਇੱਧਰ ਨੰਬਰ ਆ ਗਿਆ ਸੀ, ਨੰਬਰ 0340 ਹਾਂ 2152 152। ਨਾਂ ਤੇਰਾ? ਜ਼ੁਲਫਕਾਰ। ਲਓ ਜੀ ਜ਼ੁਲਫਕਾਰ ਕੋਲ 2 ਲੱਖ ਰੁਪਇਆ। ਲਓ ਜੀ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕੀਜੀਏਗਾ, ਅਤੇ ਜਨਾਬ ਵੀ ਜ਼ਿਆਦਾ ਚਾਹੁੰਦੇ ਫੀ ਮਾਰਾਂਗਾ ਜੀ।